हेलो आप बैठे रहे पास करते हो बहुत ही सत्कारयोग बुजुर्गो मेरिया मावा मेरिया भेणा वीर छोटे बच्चे बैठे ने इस मौके दे सरपंच मेरे नाल ने मेरे बहुत ही सत्कारयोग अंकल इस हल्के की बुलंद आवाज जस्सी जी साडे नाल आए हुए ने सब तो पहला फतेह अर्ज करती हाँ वाहेगुरु जी का खालसा वाहेगुरु जी की फतेह। आने वाली 19 तरीक नूं अपने देश दी चोणां दा अखीरला स्तर है तैयार हो सारे वोटां इहनूं पाउणियां कमाल हो गई इधरली लाइन वाले की आवाज ही नहीं आई भाई मैं 10 मिनट जोर ला के बोलना मेरा गल बह जूगा तुसीं शुरुआत करो हां करके होर किहनूं पाउणी है ਧੰਨਵਾਦ। ਆਪਾਂ ਇੱਕ ਸੋਚ ਸਮਝ ਨਾਲ ਇੱਕ ਸੂਝਵਾਨ ਉਮੀਦਵਾਰ ਚੁਣ ਕੇ ਆਪਦਾ ਨੁਮਾਇੰਦਾ ਪਾਰਲੀਮੈਂਟ 'ਚ ਭੇਜਣਾ ਤੇ ਮਗਰਲੇ ਬੜੇ ਦਹਾਕਿਆਂ ਤੋਂ ਇਸ ਇਲਾਕੇ ਤੋਂ ਵੱਡੀਆਂ ਵੋਟਾਂ ਦੇ ਵਿੱਚ 80% ਜਿਉਂ ਦੇਸ਼ ਆਜ਼ਾਦ ਹੋਇਆ 80% ਅਕਾਲੀ ਦਲ ਹੀ ਜਿੱਤਿਆ ਦੋ ਵਾਰੀ ਕਾਮਰੇਡ ਜਿੱਤੇ ਹੈ ਤੇ ਇੱਕ ਵਾਰੀ ਕਾਂਗਰਸ ਜਿੱਤੀ ਹੈ ਤੇ ਇਸ ਵਾਰੀ ਸਾਰਿਆਂ ਨੇ ਰਲ ਕੇ ਕੰਮ ਜਿਹੜਾ ਚੱਲਦਾ ਆ ਰਿਹਾ ਨਾ ਲੁੱਟ ਘਸੁੱਟ ਦਾ ਧੱਕੇਸ਼ਾਹੀ ਦਾ ਬਦਨੀਤੀਆਂ ਅਕਾਲੀ ਦਲ ਦੀਆਂ ਸਾਰਿਆਂ ਨੇ ਰਲ ਕੇ ਇਸ ਵਾਰੀ ਖਤਮ ਕਰਨੀ ਹੈ। ਮੈਂ ਇੱਕ ਬੀਬਾ ਬਾਦਲ ਦੇ ਤੁਹਾਨੂੰ ਕੁਛ ਲਾਈਨਾਂ ਬੋਲਦੀ ਹਾਂ। ਯੇ ਤੀਰ ਸਿਪਾਹੀ ਔਰ ਘੋੜੇ ਹਿੰਦੀ 'ਚ ਹੈ ਪਰ ਸਮਝ ਆਊਗੀ ਤੁਹਾਨੂੰ। ये तीर सिपाही और घोड़े सब ठाट धरे रह जाएंगे अब तू ना बख्शा जाएगा ना होगी कोई फरियाद तेरी ना होगी कोई फरियाद तेरी। बहुत बीबा बादल नू मान है अपने पैसे दा बड़ा बादल परिवार नू हंकार है कि साडे वर्गा दुनिया ते अमीर कोई नहीं बहुत इन्होंने ਦੁਨੀਆ ਦੇ ਵਿੱਚ ਆ ਕੇ ਪੰਜਾਬ ਦੇ ਉੱਤੇ ਜਿਸ ਤਰੀਕੇ ਦੇ ਨਾਲ ਰਾਜ ਕੀਤਾ ਧੱਕੇ ਕਰ ਕਰਕੇ ਧਰਮ ਦਾ ਗਲਤ ਇਸਤੇਮਾਲ ਕਰ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵਾਹਿਗੁਰੂ ਕਰਕੇ ਬੀਬੀਆਂ ਤੋਂ ਵਾਹਿਗੁਰੂ ਨੂੰ ਵੋਟ ਪਵਾ ਕੇ ਤੇ ਜੋ ਗੁਰੂ ਸਾਹਿਬ ਦੀ ਬੇਅਦਬੀ ਇਹਨਾਂ ਲੋਕਾਂ ਨੇ ਆਪ ਸਿੱਖ ਹੋ ਕੇ ਆਪਦੇ ਗੁਰੂ ਨਾਲ ਸਾਡੇ ਗੁਰੂ ਨਾਲ ਕੀਤਾ ਦੁਨੀਆ ਦਾ ਇਤਿਹਾਸ ਫਰੋਲ ਕੇ ਵੇਖ ਲਓ ਕਿਤੇ ਕਿਸੇ ਬੰਦੇ ਨੇ ਖੁਦ ਆਪਦੇ ਧਰਮ ਨਾਲ ਆ ਕੁਛ ਨਹੀਂ ਕੀਤਾ ਜੋ ਇਹਨਾਂ ਨੇ ਆਪਦੇ ਆਪ ਨੂੰ ਪੰਥ ਰਤਨ ਕਹਿ ਕੇ ਸਾਡੀਆਂ ਅੱਖਾਂ ਦੇ ਸਾਹਮਣੇ ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬ ਦੇ ਅੰਗ ਰੂੜੀਆਂ ਤੇ ਖਿਲਾਰੇ ਪਰ ਆਪਾਂ ਕੁਛ ਨਹੀਂ ਕਰ ਸਕੇ। ਇਹਨਾਂ ਦਾ ਰਾਜ ਸੀ ਥੱਲੇ ਇਹਨਾਂ ਦੀ ਸਰਕਾਰ ਸੀ ਭਾਈਵਾਲ ਸਰਕਾਰ ਬੀਜੇਪੀ ਸੀ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਛੋਟੇ ਉਪ ਮੁੱਖ ਮੰਤਰੀ ਸੀ ਸਾਲਾ ਮਾਲ ਮੰਤਰੀ ਸੀ ਜਵਾਈ ਖੁਰਾਕ ਮੰਤਰੀ ਸੀ ਬੀਬਾ ਬਾਦਲ ਡੱਬਾ ਬੰਦ ਖੁਰਾਕ ਮੰਤਰੀ ਸੀ ਸਾਰਾ ਮੰਤਰੀਆਂ ਦਾ ਟੱਬਰ ਪੰਜਾਬ ਨੂੰ ਹੂੰਝ ਕੇ ਲੈ ਗਿਆ। ਕੀ ਬੀਬੀਆਂ ਦੀਆਂ ਪੈਨਸ਼ਨਾਂ ਕੀ ਆ ਸੜਕਾਂ ਦੇ ਪੈਸੇ ਕੀ ਪਾਣੀਆਂ ਦੇ ਕੀ ਸਕੂਲਾਂ ਦੇ ਫੰਡ ਹੋਰ ਤਾਂ ਛੱਡੋ ਜਿਹੜੇ ਲੋਕਾਂ ਦੇ ਬਾਥਰੂਮ ਆਏ ਸੀ ਉਹ ਵੀ ਖਾ ਗਏ ਛੱਡਿਆ ਹੀ ਕੱਖ ਨਹੀਂ। ਇਹ ਚੱਕਰ ਕਦੋਂ ਤੱਕ ਚੱਲੂਗਾ
ਕਦੋਂ ਤੱਕ ਚੱਲੂਗਾ? ਕੀ ਆਉਣਗੇ ਇਹ ਕਹਿਣਗੇ ਜੀ ਇਹ ਵੋਟਾਂ ਪੰਥ ਨੂੰ ਚੱਲੀਆਂ, ਇਹ ਵੋਟਾਂ ਤੁਹਾਡੇ ਗੁਰੂ ਵਾਹਿਗੁਰੂ ਨੂੰ ਚੱਲੀਆਂ, ਅਸੀਂ ਪੰਥ ਦੇ ਰਾਖੀ ਹੈ, ਅਸੀਂ ਮੁੱਖ ਸੇਵਾਦਾਰ ਹੈ ਪੰਥ ਦੇ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਜਦੋਂ ਸਾਡੇ ਗੁਰੂ ਸਾਹਿਬ ਦੇ ਅੰਗ ਰੂੜੀਆਂ ਤੇ ਖਿਲਾਰੇ ਜਾ ਰਹੇ ਸੀ, ਤੁਸੀਂ ਕਿਤੇ ਆਪਦਾ ਧਰਮ ਤਾਂ ਨਹੀਂ ਸੀ ਬਦਲ ਲਿਆ ਕਿ ਤੁਹਾਨੂੰ ਉਦੋਂ ਸਾਡੇ ਗੁਰੂ ਦੀ ਲੋੜ ਨਹੀਂ ਸੀ? ਕਿ ਤੁਹਾਨੂੰ ਇਹ ਲੱਗਿਆ ਕਿ ਅਸੀਂ ਚੰਦਰ ਗ੍ਰਹਿ ਤੋਂ ਆਏ ਹੋਏ ਹਾਂ ਤੇ ਅਸੀਂ ਸਿੱਖ ਹੀ ਨਹੀਂ, ਤੁਸੀਂ ਇਕੱਲੇ ਹੀ ਸਿੱਖ ਹੋ ਦੁਨੀਆ ਤੇ? ਅੱਜ ਤਾਈਂ ਰਾਜਾ ਜੀ ਨੇ ਦੋ ਇਲੈਕਸ਼ਨ ਗਿੱਦੜਬਾਹਾ ਤੋਂ ਲੜੇ ਹੈ, ਕਿਸੇ ਭਾਸ਼ਣ ਦੇ ਵਿੱਚ ਅੱਜ ਤੱਕ ਗੁਰੂ ਸਾਹਿਬ ਦਾ ਜ਼ਿਕਰ ਨਹੀਂ ਕੀਤਾ। ਜੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਮੈਨੂੰ ਆਖਦੇ ਕਿ ਭਾਸ਼ਣ ਦਿਓ ਆ ਕੇ, ਮੈਂ ਜਿੱਥੇ ਪ੍ਰਕਾਸ਼ ਹੁੰਦਾ ਉਹਦੇ ਕੋਲੇ ਖੜ ਕੇ ਕਦੀ ਭਾਸ਼ਣ ਨਹੀਂ ਦਿੱਤਾ। ਉਸ ਚੀਜ਼ ਨੂੰ ਵੀ ਮੈਂ ਬੇਅਦਬੀ ਸਮਝਦੀ ਹਾਂ। ਗੁਰੂ ਸਾਹਿਬ ਦੇ ਕੋਲੇ ਖੜ ਕੇ ਪ੍ਰਵਚਨ ਕਰਨੇ ਤੇ ਮਾਈਕ ਫੜ ਕੇ ਭਾਸ਼ਣ ਦੇਣਾ, ਇਹ ਸਾਡੇ ਗੁਰੂ ਦੀ ਮੈਂ ਬੇਅਦਬੀ ਸਮਝਦੀ, ਮੈਂ ਉਹ ਵੀ ਨਹੀਂ ਬੋਲਦੀ। ਅੱਜ ਇਹਨਾਂ ਲੋਕਾਂ ਕਰਕੇ ਅਸੀਂ ਵੋਟਾਂ ਦੇ ਵਿੱਚ ਗੁਰੂ ਸਾਹਿਬ ਦਾ ਜ਼ਿਕਰ ਕਰਨ ਲਈ ਮਜਬੂਰ ਹੋ ਗਏ, ਇਹਨਾਂ ਲੋਕਾਂ ਕਰਕੇ ਮਜਬੂਰ ਕਰਤਾ ਇਹਨਾਂ ਲੋਕਾਂ ਨੇ ਸਾਡੇ ਗੁਰੂ ਦਾ ਜ਼ਿਕਰ ਇਹਨਾਂ ਸਟੇਜਾਂ ਤੇ ਕਰਨਾ। ਪਰ ਇਹ ਜ਼ਰੂਰੀ ਹੈ, ਜੇ ਤੁਹਾਨੂੰ ਅੱਜ ਨਾ ਦੱਸਾਂਗੇ ਨਾ ਫਿਰ ਮੌਕਾ ਹੱਥ ਨਹੀਂ ਆਉਣਾ। ਪੰਜਾਬ ਤੇ ਅੱਜ 2.25 ਲੱਖ ਕਰੋੜ ਦਾ ਕਰਜ਼ਾ ਹੈ ਤੇ ਸਰਕਾਰ ਦੇ ਸਿਰ ਤੇ ਨਹੀਂ, ਜਿੰਨੇ ਇੱਥੇ ਬੈਠੇ ਇੱਕ ਇੱਕ ਬੰਦੇ ਦੇ ਸਿਰ ਤੇ ਕਰਜ਼ਾ ਹੈ। ਤੁਸੀਂ ਵੀ ਕਰਜ਼ਾਈ ਹੋ, ਮੈਂ ਵੀ ਕਰਜ਼ਾਈ ਹੈ, ਆ ਸਾਰੇ ਬਜ਼ੁਰਗ, ਪੰਜਾਬ 'ਚ ਰਹਿਣ ਵਾਲਾ ਇੱਕ ਇੱਕ ਬੰਦਾ, ਤੇ ਲੈ ਕੇ ਕੌਣ ਗਿਆ? ਪੈਸਾ ਕਿਹਦੇ ਘਰੇ ਗਿਆ? ਹਾਂਜੀ, ਇਹ ਪਤਾ ਹੋਣਾ ਚਾਹੀਦਾ ਹੈ। ਪਹਿਲੀ ਵਾਰੀ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ, ਜੇ ਅੱਜ ਨਾ ਕੀਤਾ ਫਿਰ ਕਦੇ ਨਹੀਂ ਹੋ ਸਕਦੇ। ਹੂੰਝ ਕੇ ਸਾਰਾ ਕੁਛ ਇਹ ਲੈ ਗਏ, ਕਰਜ਼ਾ ਸਾਡੇ ਸਿਰ ਛੱਡ ਗਏ। ਇੱਥੇ ਜਦੋਂ ਤੱਕ ਬਾਦਲ ਦੀ ਸਰਕਾਰ ਰਹੀ, ਇਹਨਾਂ ਨੇ ਮਾੜੇ ਬੀ, ਮਾੜੀਆਂ ਸਪਰੇਆਂ, ਮੋਟੀਆਂ ਰਿਸ਼ਵਤਾਂ ਇਹਨਾਂ ਨੇ ਸਪਰੇਆਂ ਵਾਲਿਆਂ ਤੋਂ ਖਾ ਕੇ ਤੇ ਕਿਸਾਨੀ ਰੋਲਤੀ ਪੰਜਾਬ ਦੀ। ਅੱਜ ਝਾੜ ਵੱਧ ਹੁੰਦਾ ਕਿ ਪਹਿਲਾਂ ਹੁੰਦਾ ਸੀ? ਕਿਸਾਨ ਵੀਰ ਦੱਸਣ, ਮੈਨੂੰ ਦੱਸੋ, ਬੋਲ ਕੇ ਦੱਸੋ, ਅੱਜ ਵੱਧ ਹੁੰਦਾ ਨਾ? ਮਾੜਾ ਜਿਹਾ ਜ਼ੋਰ ਨਾਲ ਦੱਸੋ। ਧੰਨਵਾਦ। ਇਹ ਪਤਾ ਕਿਉਂ ਵੱਧ ਹੁੰਦਾ? ਇਸ ਲਈ ਵੱਧ ਹੁੰਦਾ, ਇਹਨਾਂ ਨੇ ਇਹ ਤਾਂ ਖੜੇ ਟਿੰਡੇ ਖਾ ਜਾਂਦੇ ਸੀ, ਇਹ ਖੜੇ ਟਿੰਡੇ ਖਾ ਜਾਂਦੇ ਸੀ। ਇਹਨੂੰ ਉਦੋਂ ਜੋ ਮਰਜ਼ੀ ਖਵਾ ਲਓ, ਇੱਥੇ ਬਾਥਰੂਮ ਖਾ ਗਏ, ਉੱਥੇ ਟਿੰਡੇ ਖਾ ਗਏ, ਸੜਕਾਂ ਖਾ ਗਏ, ਸਕੂਲ ਖਾ ਗਏ, ਪਾਣੀ ਖਾ ਗਏ, ਛੱਡਿਆ ਹੀ ਕੱਖ ਨਹੀਂ। ਪਤਾ ਨਹੀਂ ਢਿੱਡ ਕਿੱਡੇ ਕੁ ਵੱਡੇ, ਹਜਮ ਅੱਜ ਵੀ ਨਹੀਂ ਆਉਂਦਾ, ਅੱਜ ਵੀ ਪਏ ਹੋਏ ਹੈ। ਆ ਬੀਬਾ ਬਾਦਲ ਨੇ ਕਾਗਜ਼ ਭਰੇ ਸੀ ਆਪਦੇ, ਤੇ ਅਗਲੇ ਦਿਨ ਖਬਰ ਲੱਗੀ ਅਖਬਾਰ 'ਚ ਕਿ ਜਿੰਨੀਆਂ ਗੱਡੀਆਂ ਬੀਬਾ ਬਾਦਲ ਦੇ ਕਾਗਜ਼ ਭਰਾਉਣ ਆਈਆਂ ਸੀ ਤੇ ਜਿਹੜਾ ਉਹਨਾਂ 'ਚ ਤੇਲ ਪਿਆ ਸੀ, ਪਤਾ ਕਿੱਥੋਂ ਆਇਆ ਸੀ? ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਿਲੀਜ਼ ਕੀਤਾ ਸੀ ਉਹ ਫੰਡ, ਇਹ ਅਖਬਾਰ ਦੀ ਖਬਰ ਸੀ। ਪਹਿਲਾਂ ਇਹਨਾਂ ਨੇ ਪੰਜਾਬ ਦੇ ਗੁਰਦੁਆਰੇ ਨਹੀਂ ਛੱਡੇ, ਲੋਕਾਂ ਦਾ ਪੈਸਾ ਨਹੀਂ ਛੱਡਿਆ, ਪੰਜਾਬ ਖਾ ਗਏ, ਫਿਰ ਸਾਡੇ ਗੁਰੂ ਦੀ ਪੱਗ ਨੂੰ ਹੱਥ ਪਾ ਲਿਆ, ਹੁਣ ਅੱਜ ਦਿੱਲੀ ਦੇ ਗੁਰਦੁਆਰਿਆਂ ਨੂੰ ਹੋ ਗਏ। ਇਹਨਾਂ ਨੂੰ ਠੱਲ ਤੁਸੀਂ ਪਾ ਸਕਦੇ ਹੋ, ਮੈਂ ਤੁਹਾਨੂੰ ਸਿਰਫ ਦੱਸ ਸਕਦੀ ਹਾਂ ਕਿ ਭਾਈ ਅਸਲੀਅਤ ਆ ਹੈ, ਠੱਲ ਤੁਸੀਂ ਪਾਉਣੀ ਹੈ, ਰੋਕ ਤੁਸੀਂ ਲਾਉਣੀ ਹੈ। ਤੁਹਾਡੇ ਹੱਥ 'ਚ ਬਹੁਤ ਵੱਡੀ ਤਾਕਤ ਹੈ, ਵੋਟ ਦੀ ਲੜਾਈ ਬਹੁਤ ਵੱਡੀ ਹੈ। ਪੰਜਾਬ ਦੇ ਸਭ ਤੋਂ ਵੱਡੇ
ਲੁਟੇਰਿਆਂ ਨਾਲ ਲੜਾਈ ਹੈ। ਉਹਨਾਂ ਨੇ ਤੁਹਾਡੇ ਸਭ ਦੇ ਹਿੱਸਿਆਂ ਦਾ ਪੈਸਾ ਖਾ ਕੇ ਆਪਦੀਆਂ ਜੇਬਾਂ ਭਰੀਆਂ ਹੋਈਆਂ। ਤੁਹਾਡੇ ਕੋਲੇ ਨੋਟਾਂ ਦੇ ਡੱਬੇ ਭਰ ਕੇ ਲਿਆਉਣਗੇ। ਆਏ ਲਓ ਦੋਵਾਂ ਚਾਰਾਂ ਦਿਨਾਂ 'ਚ ਸਲਾਹ ਦਿਆਂ। ਜਦੋਂ ਨੋਟਾਂ ਦੇ ਡੱਬੇ ਭਰ ਕੇ ਲਿਆਉਣ, ਇੱਕ ਦੀ ਥਾਂ 'ਤੇ ਦੋ ਵੋਟਾਂ ਦੇ ਪੈਸੇ ਲਿਆ ਜੇ। ਸਾਡੇ ਪੈਸੇ ਹੈ, ਕੋਈ ਕਈ ਮਾਰ ਕੇ ਨਹੀਂ ਕਮਾਏ ਬਾਦਲਾਂ ਨੇ। ਕੋਈ ਬੀਬਾ ਨੇ ਇੱਥੇ ਦੀਵਾਨੀ ਦੀ ਚੀਜ਼ ਨਹੀਂ ਦਿੱਤੀ ਹਲਕੇ ਨੂੰ। ਇੰਨੇ ਪਿੰਡਾਂ 'ਚ ਜਾ ਕੇ ਆਈ ਹੈ, ਕਿਸੇ ਪਿੰਡ 'ਚ ਪੀਣ ਵਾਲਾ ਪਾਣੀ ਹੈ ਨਹੀਂ। ਬੀਬੀਆਂ ਕਹਿੰਦੀਆਂ ਜੀ ਦੋ ਦੋ ਦਿਨ ਨਹਾਉਂਦੇ ਨਹੀਂ, ਪਾਣੀ ਨਹੀਂ ਆਉਂਦਾ। ਛੱਡਿਆ ਹੀ ਕੱਖ ਨਹੀਂ। ਬੀਬਾ ਨੇ ਆਪਦੇ ਕਾਗਜ਼ ਦਾਖਲ ਕਰਾਏ ਸੀ ਕੁਛ ਦਿਨ ਪਹਿਲਾਂ। ਭੈਣਾਂ ਦੇ ਕੰਮ ਦੀ ਗੱਲ ਹੈ, ਤੁਹਾਨੂੰ ਪਤਾ ਬੀਬਾ ਨੇ ਗਹਿਣੇ ਕਿੰਨੇ ਦੇ ਲਿਖਾਏ? ਪਤਾ ਕਿਸੇ ਨੂੰ? ਉਹ ਦੱਸੀ ਜਾਂਦੇ, 7 ਕਰੋੜ ਰੁਪਈਏ ਦੇ। ਬੀਬਾ ਨੇ 7 ਕਰੋੜ ਦੇ ਗਹਿਣੇ ਜਿਹੜੇ ਲਿਖਾਏ, ਉਹ ਇੱਕ ਨੰਬਰ 'ਚ ਹੈ, ਬੜੇ ਜੀ ਹੋਣੇ ਹੈ, ਜਿਹੜੇ ਸਰਕਾਰ ਦੀ ਨਜ਼ਰਾਂ ਤੋਂ ਪਾਸੇ ਹੋਣੇ। ਉਹ ਪਤਾ ਨਹੀਂ ਕਿੰਨੇ ਕਰੋੜ ਦੇ ਹੈ। ਗੱਲ ਸੁਣੋ, ਸਾਡੇ ਵੱਲੋਂ ਬੀਬਾ ਪਾਵੇ 1000 ਕਰੋੜ ਦੇ ਗਹਿਣੇ, ਸਾਡਾ ਕਿਸੇ ਨਾਲ ਕੋਈ ਮਤਲਬ ਨਹੀਂ। ਪਰ ਜਿੱਥੇ ਲੋਕਾਂ ਨੇ ਵੋਟਾਂ ਪਾ ਕੇ ਆਪਦੇ ਹਿੱਸੇ ਦੀ ਵੋਟ ਬੀਬਾ ਨੂੰ ਦੇ ਕੇ ਜਿਤਾਇਆ ਸੀ, ਲੋਕਾਂ ਦਾ ਕੋਈ ਹੱਕ ਬਣਦਾ ਸੀ ਕਿ ਨਹੀਂ? ਬਣਦਾ ਸੀ ਨਾ। ਇੱਥੇ ਸਾਡੀਆਂ ਮਾਵਾਂ ਦੇ ਘਰਾਂ 'ਚ ਜਦੋਂ ਕੋਈ ਨਿੱਕੇ ਜਵਾਕ ਨੂੰ 200 ਰੁਪਈਆ ਸ਼ਗਨ ਦੇ ਜਾਂਦਾ ਨਾ, ਤੇ ਮਾਂ ਚਾਹ 'ਚ ਉੱਡੀ ਫਿਰਦੀ ਹੈ ਕਿ ਮੇਰੇ ਪੁੱਤ ਨੂੰ 200 ਰੁਪਈਆ ਦੇ ਤਾ, ਇਹਨੂੰ ਜਾਂਦੀ ਨੂੰ ਮੈਂ ਲੱਡੂਆਂ ਦਾ ਡੱਬਾ ਤਾਂ ਜ਼ਰੂਰ ਦਿਆਂ। ਹੈ ਨਾ ਐਵੇਂ? ਭਾਈ ਜਦੋਂ ਅਸੀਂ ਮਾਵਾਂ ਵਿਚਾਰੀਆਂ ਗਰੀਬ ਜਿਹੜੀਆਂ ਦਿਹਾੜੀ ਪਤਾ ਨਹੀਂ 400 ਕਮਾਉਂਦੀਆਂ ਕਿ ਨਹੀਂ ਕਮਾਉਂਦੀਆਂ, ਉਹ ਨਹੀਂ ਕਿਸੇ ਦਾ ਸ਼ਗਨ ਰੱਖਦੀਆਂ, ਇੱਥੇ ਬੀਬੀ ਨੇ ਲੱਖਾਂ ਵੋਟਾਂ ਖਾ ਲਈਆਂ, ਡਕਾਰ ਹੀ ਨਹੀਂ ਮਰਿਆ। ਮੁੜ ਕੇ ਹੀ ਨਹੀਂ ਵੇਖਿਆ ਲੋਕੀ ਜਿਉਂਦੇ ਆ ਕਿ ਮਰ ਗਏ। ਚੀਕਾਂ ਮਾਰਦੇ ਰਹਿ ਗਏ ਲੋਕੀ ਪਾਣੀਆਂ ਨੂੰ, ਦਿਹਾੜੀਆਂ ਨੂੰ। ਤੇ ਇਹਨਾਂ ਨੇ ਪਤਾ ਕੀ ਦਿੱਤਾ? ਇਹਨਾਂ ਨੇ ਦਿੱਤਾ ਪੈਨਸ਼ਨਾਂ ਕੱਟਤੀਆਂ, ਇਹਨਾਂ ਨੇ ਸ਼ਗਨ ਸਕੀਮਾਂ ਕੱਟਤੀਆਂ ਕਾਂਗਰਸੀਆਂ ਦੀਆਂ। ਇਹਨਾਂ ਨੇ ਜਿਹਨੂੰ ਕਾਂਗਰਸ ਨੂੰ ਵੋਟ ਪਾ ਤੀ ਉਹਦੇ 'ਤੇ ਝੂਠੇ ਪਰਚੇ ਕਰਕੇ ਉਹਨੂੰ ਅੰਦਰ ਦੇ ਤਾ। ਇਹੀ ਹੈ, ਇਹ ਰਿਵਾਜ਼ ਹੈ ਇਹਨਾਂ ਦੇ। ਇਹ ਰਿਵਾਜ਼ ਮਕਾਉਣੇ ਹੈ ਕਿ ਨਹੀਂ? ਸਿਰੇ ਤੋਂ ਮਕਾਉਣੇ ਹੈ। ਇਹ ਜੜੋਂ ਪੱਟਣੀ ਹੈ, ਰਲ ਕੇ ਪੱਟਾਂਗੇ ਆਪਾਂ। ਹਟਦੇ ਹੁਣ ਮੈਂ ਆਪਾਂ ਵੀ ਨਹੀਂ, ਸਾਰਿਆਂ ਨੇ ਰਲ ਕੇ। ਜਿਹਨਾਂ ਨੇ ਆਪਣੀ ਧਰਤੀ 'ਤੇ ਚਿੱਟਾ ਲਿਆਂਦਾ ਤਾਂ ਚਿੱਟਾ ਲਿਆ ਕੇ ਤੇ ਨਸੀਬ ਕਾਲੇ ਕਰਤੇ ਸਾਰੇ ਪੰਜਾਬ ਦੇ, ਉਹਨਾਂ ਚਿੱਟੇ ਵਾਲਿਆਂ ਨੂੰ ਕੱਢਣਾ ਇੱਥੋਂ। ਇਹ ਲਿਆਏ ਹੈ ਪੰਜਾਬ ਦੇ ਹਰ ਤੀਜੇ ਘਰ ਦੇ ਵਿੱਚ ਪੈਸਿਆਂ ਪਿੱਛੇ। ਨੌਜਵਾਨਾਂ ਨੂੰ ਖਤਮ ਕਰਨ ਦੇ ਮਾਰਿਆਂ ਨੇ, ਤਾਂ ਕਿ ਨੌਜਵਾਨਾਂ ਨੂੰ ਨੌਕਰੀ ਨਾ ਦੇਣੀ ਪਵੇ, ਨੌਜਵਾਨਾਂ ਨੂੰ ਕੰਮ ਨਾ ਦੇਣੇ ਪੈਣ, ਨੌਜਵਾਨ ਸਾਡੇ ਉੱਟ ਖੜ ਕੇ ਬੋਲ ਨਾ ਸਕਣ। ਉਹਨਾਂ ਨੂੰ ਨਿਕੰਮੇ ਕਰਨ ਲਈ ਆ ਚਿੱਟਾ ਲਿਆਂਦਾ। ਉਹ ਸਮਝੋ, ਰੱਬ ਦਾ ਨਾਂ ਲੈ ਕੇ ਗੁੰਮਰਾਹ ਕਰੀ ਗਏ ਅੱਜ ਤੱਕ ਤੁਹਾਨੂੰ। ਦੋ ਨੀ ਜੀ, ਅਨੇਕਾਂ ਮਰ ਗਏ, ਅਨੇਕਾਂ। ਪਰ ਗੱਲ ਹੱਥ ਨਹੀਂ ਆਉਂਦੀ, ਮਗਰੋਂ ਹੱਥ ਨਹੀਂ ਆਉਂਦੀ। ਜਦੋਂ ਜਵਾਕ ਇੱਕ ਵਾਰੀ ਇਸ ਪਾਸੇ ਲੱਗ ਜੇ ਨਾ, ਫਿਰ ਮੁੜ ਕੇ ਨਹੀਂ ਝਾਕਦਾ ਮਾਂ ਵੱਲ। ਫਿਰ ਉਹਨੂੰ ਮਾਂ ਨਹੀਂ ਚੰਗੀ ਲੱਗਦੀ, ਫਿਰ ਉਹਨੂੰ ਅਕਾਲੀ ਚੰਗੇ ਲੱਗਦੇ ਜਿਹੜੇ ਰੋਜ਼ ਦਿੰਦੇ ਹੈ, ਉਹ ਚੰਗਾ ਲੱਗਦਾ ਉਹਨੂੰ। ਉਹਨੂੰ ਰੋਟੀ ਨਹੀਂ ਚੰਗੀ ਲੱਗਦੀ, ਜਿਹੜੀ ਮਾਂ ਪਿਓ ਦੀ ਸਾਰੀ ਉਮਰ ਦੀ ਕਮਾਈ ਹੈ ਨਾ, ਅਗਲਾ ਵੇਚ ਕੇ ਤੇ ਅਕਾਲੀਆਂ ਦੇ ਘਰੇ ਦਿਆਉਂਦਾ ਕਿ ਲਿਆ ਦੇ ਮੈਨੂੰ।
ਇਹਨਾਂ ਗੱਲਾਂ ਨੂੰ ਜੜੋਂ ਪੱਟਣਾ। ਮੈਨੂੰ ਜਿੱਦਣ ਮੈਂ ਆਉਣਾ ਸੀ ਇਲੈਕਸ਼ਨ ਦੀ ਕੈਂਪੇਨ 'ਤੇ, ਅਤੇ ਮੈਨੂੰ ਇੱਕ ਬਜ਼ੁਰਗ ਬੀਬੇ ਨੇ ਸਲਾਹ ਦਿੱਤੀ, ਕਹਿੰਦੇ ਬੀਬਾ ਜੀ ਆਪਦੀ ਗੱਡੀ ਚੁੰਨੀਆਂ ਦੀ ਭਰ ਕੇ ਲਿਜਾਇਆ ਜੇ। ਜਦੋਂ ਮੈਂ ਪੁੱਛਿਆ ਕਿਉਂ, ਕਹਿੰਦੇ ਜੀ ਜਿਹਨੂੰ ਬੀਬੀ ਬਾਦਲ ਚੁੰਨੀ ਦੇ ਦੇਣਾ ਬਸ ਉਹਦੀ ਵੋਟ ਪੱਕੀ ਹੋ ਜਾਂਦੀ ਹੈ। ਤੇ ਇਹੀ ਹੈ ਕਿੱਡੀ ਮਾੜੀ ਗੱਲ ਹੈ ਕਿ ਬੀਬਾ ਇੱਕ 20 ਦੀ ਚੁੰਨੀ ਦੇ ਕੇ ਮਾਵਾਂ ਨੂੰ 5 ਸਾਲ ਵਰਾਈ ਰੱਖਦੀ ਹੈ, ਤੇ ਤੁਸੀਂ ਕਿੱਡੇ ਭੋਲੇ ਹੋ ਕਿ ਵਿਰੇ ਹੀ ਜਾਂਦੇ ਹੋ, ਤੁਹਾਡੇ ਕੋਲ ਚੁੰਨੀਆਂ ਹੈ ਨੀ ਹੈਗੀਆਂ ਨਾ, ਕੀ ਕਰੂਣ ਹੈ ਬੀਬੀ ਦੀ ਚੁੰਨੀ ਤੋਂ। ਤੇ ਮੈਨੂੰ ਪਤਾ ਕੀ ਪਤਾ ਲੱਗਿਆ ਕੱਲ, ਕਹਿੰਦੇ ਜੀ ਬੀਬਾ 20 ਦੀ ਚੁੰਨੀ ਦੇ ਕੇ 250 ਦੀ ਲੈ ਜਾਂਦੀ ਹੈ। ਇਹ ਦੱਸਿਆ ਮੈਨੂੰ ਪਿੰਡਾਂ 'ਚ ਮਾਵਾਂ ਨੇ। ਹਾਂ ਗੱਲ ਇਹ ਹੈ ਭਾਈ, ਗੱਲ ਸੁਣੋ ਮੇਰੀ, ਚੁੰਨੀ ਦੇ ਕੇ ਵੋਟ ਬਿਲਕੁਲ ਨਹੀਂ ਲੈਣੀ, ਬਿਲਕੁਲ ਨਹੀਂ ਲੈਣੀ, ਬਿਲਕੁਲ ਤੁਹਾਨੂੰ ਗੁੰਮਰਾਹ ਕਰਕੇ ਵੋਟ ਬਿਲਕੁਲ ਨਹੀਂ ਲੈਣੀ। ਜਿੰਨੇ ਮਾੜੇ ਰਿਵਾਜ ਪੱਕੇ ਪਾਏ ਹੋਏ ਆ ਨਾ ਇਹਨਾਂ ਨੇ, ਚੁੰਨੀਆਂ ਦੇ ਕੇ ਵੋਟ ਲੈਣੀ, ਡਰਾ ਕੇ ਵੋਟ ਲੈਣੀ, ਪਰਚਾ ਕਰਕੇ ਵੋਟ ਲੈਣੀ, ਚਿੱਟਾ ਲਿਆਂਦਾ ਨੌਜਵਾਨ ਨਿਕੰਮੇ ਕਰਤੇ, ਇਹ ਸਾਰੀਆਂ ਲੀਆਂ ਜਣਾ ਤੋਂ ਪੱਟਣੀਆਂ, ਖਤਮ ਕਰਨੀਆਂ। ਪਰ ਮੈਂ ਇਕੱਲੀ, ਰਾਜਾ ਜੀ ਇਕੱਲੇ ਕੁਛ ਨਹੀਂ ਕਰ ਸਕਦੇ, ਪੰਜਾਬ ਨੂੰ ਸੁਧਾਰਨਾ ਰਲ ਕੇ ਸਾਰਿਆਂ ਨੇ। ਇਹ ਕਹਿੰਦੇ ਆ ਜੀ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਿਆਂਗੇ ਤੁਹਾਨੂੰ। ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਮਹਾਰਾਜਾ ਰਣਜੀਤ ਸਿੰਘ ਰਾਵੀ ਦਰਿਆ ਦੇ ਕੰਢੇ ਰੇਤਾ ਬਜਰੀ ਦਾ ਵਪਾਰ ਕਰਦਾ ਸੀ, ਕਿਉਂ ਚਿੱਟਾ ਵੇਚਦਾ ਸੀ, ਕਿਉਂ ਨੇ ਗੁਰੂ ਦੀ ਪੱਗ ਨੂੰ ਹੱਥ ਪਾਇਆ ਸੀ, ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ। ਇਹ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਲੈਣ ਦੇ ਲਾਇਕ ਨਹੀਂ, ਇਹ ਸਿੱਖ ਖਵਾਉਣ ਦੇ ਕਾਬਲ ਨਹੀਂ, ਗਲਤ ਬੰਦੇ ਗੱਦੀ ਤੇ ਪਾ ਤੇ ਅੱਜ ਸਾਰਾ ਪੰਜਾਬ ਚੀਕਾ ਮਾਰਦਾ। ਕਿੰਨੇ ਨੌਜਵਾਨਾਂ ਤੋਂ ਹੱਥ ਗਵਾ ਲਏ ਆਪਾਂ ਸਾਰਿਆਂ ਨੇ, ਕਿਹੜੀ ਕਿਹੜੀ ਦੁੱਖ ਰੋਵਾਂ ਜਦੋਂ ਦੇ ਇਹਨਾਂ ਨੂੰ ਗੱਦੀ ਤੇ ਪਾਇਆ। ਸੋਚ ਕੇ ਵੇਖੋ, ਅੱਜ ਨੂੰ ਹਰਿਆਣਾ ਆਪਣੇ ਨਾਲ ਲੱਗਦਾ ਤੇ ਆਪਣੇ ਤੋਂ ਕਿੰਨਾ ਗਾਂ ਲੰਘ ਗਿਆ, ਕਿੰਨਾ ਗਾਂ ਲੰਘ ਗਿਆ ਪਤਾ ਹੋਣਾ, ਰਿਸ਼ਤੇਦਾਰ ਰਹਿੰਦੇ ਹੋਣੇ ਤੇ 10 ਸਾਲ ਇਹ ਰਹਿ ਗਏ, ਤੇ ਇਹਨਾਂ ਨੇ ਇੰਨੀ ਤਰੱਕੀ ਕੀਤੀ ਆਪਦੇ ਘਰ ਦੀ, ਇੰਨੀ ਤਰੱਕੀ ਕੀਤੀ ਕਿ ਜੇ ਇੱਥੇ ਗਿਣਨ ਲੱਗ ਪਾਣਾ ਅੱਥਣ ਹੋ ਜੂਗਾ। ਇਹਨਾਂ ਨੇ ਇੱਕ ਹੋਟਲ ਬਣਾਇਆ, ਹੋਟਲ ਤਾਂ ਬਹੁਤ ਹੈ ਇਹਨਾਂ ਦੇ, ਸਾਰੀ ਦੁਨੀਆਂ 'ਤੇ ਹੋਟਲ ਹੈ, ਪਰ ਆ ਨੇੜੇ ਚੰਡੀਗੜ੍ਹ ਬਣਾਇਆ। ਅੱਜ ਤੋਂ ਮਗਰਲੇ 5 ਸਾਲ ਸਰਕਾਰ ਰਹੀ ਹੈ, ਤੇ ਇੱਕ ਰਾਤ ਦਾ ਇੱਕ ਕਮਰੇ ਦਾ ਕਿਰਾਇਆ ਪਤਾ ਕਿੰਨਾ ਹੈ, ਪਤਾ ਕਿੰਨਾ ਹੈ, 66,000 ਰੁਪਈਏ ਤੋਂ ਸ਼ੁਰੂ ਹੁੰਦਾ ਹੈ, ਤੇ 5 ਲੱਖ ਰੁਪਈਆ ਇੱਕ ਰਾਤ ਦਾ ਕਿਰਾਇਆ ਹੈ ਇਹਨਾਂ ਦੇ ਹੋਟਲ ਦਾ। ਇਹ ਬੀਬਾ ਕੋਲ ਕਿੱਥੇ ਟਾਈਮ ਸੀ ਤੁਹਾਡੇ ਵਾਸਤੇ, ਇਹ ਤਾਂ ਹੋਟਲ ਬਣਾਉਣ 'ਚ ਬਹੁਤ ਬਿਜ਼ੀ ਸੀ, ਗਹਿਣੇ ਹੋਟਲ ਪਾਰਕਿੰਗ ਲੋਟ, ਤੇ ਤੁਹਾਡਾ ਸਾਰਿਆਂ ਦਾ ਜਿਹੜਾ ਸਮਾਨ ਸੀ ਉਹ ਇਕੱਠਾ ਕਰਕੇ ਸਾਂਭਣਾ ਵੀ ਤਾਂ ਸੀ ਬੀਬੀ ਨੇ, ਬੀਬੀ ਕੋਲ ਤਾਂ ਟਾਈਮ ਹੀ ਹੈ ਨਹੀਂ ਸੀ। ਇੱਥੇ ਲੋਕੀ ਪਾਣੀ ਭਾਲਦੇ ਆ, ਉਹ ਕੋਲ ਕੋਈ ਟਾਈਮ ਨਹੀਂ। ਕਿੰਨੀ ਵਾਰੀ ਆਏ ਬੀਬਾ ਜੀ ਤੁਹਾਡੇ ਕੋਲ ਇੱਥੇ, ਜਿਉਂ ਜਿੱਤੇ 10 ਸਾਲਾਂ 'ਚ, ਇਹ ਜ਼ੋਰ ਜ਼ੋਰ ਦੀਆਂ ਹੱਥ ਵੱਜਣ ਲੱਗ ਪਏ, ਮਗਰ ਕੋਈ ਨਹੀਂ ਆਉਂਦਾ। ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ, ਰਾਜਾ ਜੀ ਗਿੱਦੜਬਾਹਾ ਤੋਂ 2 ਵਾਰੀ MLA ਹੈ, ਉੱਥੋਂ ਕਦੀ ਕਾਂਗਰਸ ਜਿੱਤੀ ਨਹੀਂ ਸੀ ਜਿਉਂ ਦੇਸ਼ ਆਜ਼ਾਦ ਹੋਇਆ। ਉਹ ਅਕਾਲੀ ਦਲ ਦਾ ਗੜ੍ਹ ਸੀ, ਪਹਿਲਾ ਗੜ੍ਹ ਅਕਾਲੀ ਦਲ ਦਾ ਉਹ ਤੋੜਿਆ ਗਿੱਦੜਬਾਹਾ। ਕਾਂਗਰਸ ਨੇ ਪਹਿਲੀ ਵਾਰੀ ਸੀਟ ਜਿੱਤੀ ਸੀ 2012 ਦੇ ਵਿੱਚ ਜਦ ਰਾਜਾ ਜੀ ਇਲੈਕਸ਼ਨ ਲੜੇ ਹੈ।
ਇੱਕ ਵਾਰੀ ਆਪਣੀ ਕਾਂਗਰਸ ਦੀ ਸਰਕਾਰ ਸੀ, ਬੇਅੰਤ ਸਿੰਘ ਜੀ ਮੁੱਖ ਮੰਤਰੀ ਸੀ, ਬੇਅੰਤ ਸਿੰਘ ਜੀ ਆਪ ਬਤੌਰ ਮੁੱਖ ਮੰਤਰੀ ਉੱਥੇ ਜਾ ਕੇ ਬਹਿ ਗਏ, ਨਾਲ ਉਹਨਾਂ ਦੇ ਸਾਰਾ ਮੰਤਰਾਲੇ ਬਹਿ ਗਿਆ, ਤਾਂ ਵੀ ਅਕਾਲੀ ਦਲ ਜਿੱਤ ਗਿਆ ਸੀ। ਤੇ ਪਹਿਲੀ ਵਾਰੀ ਰਾਜਾ ਜੀ ਨੇ ਉਹ ਇਲੈਕਸ਼ਨ ਜਿੱਤਿਆ 2012 ਚ, ਤੇ ਇੰਨੇ ਕੰਮ ਕੀਤੇ ਉੱਥੇ। ਜੋ ਇਹਨਾਂ ਇਲਾਕਿਆਂ ਦਾ ਹਾਲ ਹੈ ਨਾ, ਇਹ ਸੇਮ ਹਾਲ ਗਿੱਦੜਬੇ ਦੇ ਪਿੰਡਾਂ ਦਾ ਸੀ। ਜੇ ਕਿਸੇ ਦੇ ਰਿਸ਼ਤੇਦਾਰ ਰਹਿੰਦੇ ਹੋਣ ਤਾਂ ਪੁੱਛ ਪੜਤਾਲ ਕਰਕੇ ਜ਼ਰੂਰ ਆਇਆ ਜੇ। ਪਿੰਡਾਂ ਦੀਆਂ ਸੜਕਾਂ, ਗਲੀਆਂ, ਸ਼ਹਿਰ ਦੀਆਂ ਸੜਕਾਂ ਪੱਕੀਆਂ ਬਣਾਈਆਂ, ਕੰਮ ਅੱਜ ਵੀ ਚੱਲ ਰਿਹਾ। ਪਿੰਡਾਂ ਦੇ ਸਰਕਾਰੀ ਸਕੂਲ, ਹਰ ਸਕੂਲ ਨੂੰ ਫੰਡ ਦਿੱਤਾ, ਕਿਸੇ ਨੂੰ 2 ਲੱਖ, 5 ਲੱਖ, 10 ਲੱਖ, 20 ਦਿੱਤਾ, 12-15 ਲੱਖ ਤੱਕ ਸਕੂਲਾਂ ਨੂੰ ਫੰਡ ਦਿੱਤਾ। ਇੱਕ ਇੱਕ ਸਕੂਲ ਨੂੰ ਪੈਸਾ ਦੇ ਕੇ ਸਕੂਲ ਨਵੇਂ ਸਿਰਿਓਂ ਖੜੇ ਕੀਤੇ ਹੈ। ਗਿੱਦੜਬਾਹਾ ਦਾ ਸਰਕਾਰੀ ਹਸਪਤਾਲ, ਜਿੱਥੇ 2 ਸਾਲ ਪਹਿਲਾਂ ਤੱਕ ਕੋਈ ਚੰਗਾ ਡਾਕਟਰ ਤੇ ਮਸ਼ੀਨ ਨਹੀਂ ਸੀ, ਅੱਜ ਉਸ ਹਸਪਤਾਲ ਦੇ ਵਿੱਚ ਹਰ ਚੰਗੀ ਮਸ਼ੀਨ ਹੈ। ਕਿਡਨੀ ਦਾ ਡਾਇਲਿਸਿਸ ਵੀ ਹੁੰਦਾ ਹੈ, ਜੋੜਾਂ ਦੇ ਆਪਰੇਸ਼ਨ ਵੀ ਹੁੰਦੇ ਹੈ। ਪੰਜਾਬ ਸਰਕਾਰ ਨੇ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਨੂੰ ਪੰਜਾਬ ਦਾ ਪਹਿਲੇ ਨੰਬਰ ਦਾ ਹਸਪਤਾਲ ਐਲਾਨ ਕੇ 15 ਲੱਖ ਰੁਪਇਆ ਇਨਾਮ ਦਿੱਤਾ, ਜਾ ਕੇ ਵੇਖ ਸਕਦੇ ਹੋ। ਉਹੀ ਗੱਲਾਂ ਕਰਕੇ ਜਾਊਂਗੀ ਜਿਹੜੇ ਕੰਮ ਕੀਤੇ ਹੈ, ਕੋਈ ਝੂਠੀ ਗੱਲ ਨਹੀਂ। ਇੱਕ ਵੱਡਾ ਕਾਲਜ ਲਿਆਂਦਾ ਹਜ਼ੂਰ ਸਾਹਿਬ ਜਾਣ ਵਾਲੀ ਤੇ ਦਿੱਲੀ ਜਾਣ ਵਾਲੀ ਗੱਡੀ, ਵੇਖ ਲਓ ਅਕਾਲੀ 47 ਸਾਲ ਰਹੇ ਗਿੱਦੜਬਾਹਾ ਚ ਤੇ ਹਜ਼ੂਰ ਸਾਹਿਬ ਜਾਣ ਵਾਲੀ ਗੱਡੀ ਨਹੀਂ ਚਲਾਈ ਪੰਥ ਦੇ ਰਾਖਿਆਂ ਨੇ, ਉਹ ਰਾਜਾ ਵੜਿੰਗ ਜੀ ਨੇ ਚਲਾਈ ਜਦੋਂ 2012 ਚ ਇਲੈਕਸ਼ਨ ਲੜਿਆ। ਤੇ ਮਾਵਾਂ ਦੀ ਪਹਿਲੀ ਮੰਗ ਸੀ, ਵੋਟ ਤਾਂ ਪਾਵਾਂਗੀਆਂ ਜੇ ਹਜ਼ੂਰ ਸਾਹਿਬ ਜਾਣ ਵਾਲੀ ਰਾਜਾ ਗੱਡੀ ਚਲਾਏਗਾ, ਸੌ ਖਾ। ਤੇ ਇਲੈਕਸ਼ਨ ਜਿੱਤਣ ਦੇ 1 ਮਹੀਨਾ ਬਾਅਦ ਹਜ਼ੂਰ ਸਾਹਿਬ ਜਾਣ ਵਾਲੀ ਤੇ ਦਿੱਲੀ ਜਾਣ ਵਾਲੀ ਗੱਡੀ ਗਿੱਦੜਬੇਹੇ ਤੋਂ ਚਲਾਈ ਸੀ, ਇਹਨਾਂ ਨੇ ਨਹੀਂ ਚਲਾਈ 47 ਸਾਲ। 2 ਗੈਸ ਏਜੰਸੀਆਂ ਲਿਆਂਦੀਆਂ, 1 ਨਵੀਆਂ ਕਚਹਿਰੀਆਂ ਦਾ ਫੰਡ ਰਿਲੀਜ਼ ਕਰਾਇਆ ਹੋਇਆ, 1 ਪੁਲ ਦਾ ਫੰਡ ਰਿਲੀਜ਼ ਕਰਾਇਆ ਹੋਇਆ, ਮਾਵਾਂ ਵਾਸਤੇ ਪਿੰਡਾਂ 'ਚ ਪਾਰਕ ਬਣਾਏ ਹੈ, ਨੌਜਵਾਨਾਂ ਨੂੰ ਜਿੰਮ ਦਿੱਤੇ ਹੈ, ਪਾਣੀ ਵਾਲੀਆਂ ਪਾਈਪਾਂ ਪਾਈਆਂ ਹੈ ਖੇਤਾਂ 'ਚ 16 ਕਰੋੜ ਰੁਪਈਏ ਦੀਆਂ, ਕੰਮ ਹੋਰ ਵੀ ਕੀਤੇ ਹੈ। ਪਰ ਇਹਨਾਂ ਸਾਰਿਆਂ ਤੋਂ ਉੱਤੇ ਜਿਹੜਾ ਕੰਮ ਕੀਤਾ ਉਹ ਪਤਾ ਕੀ ਹੈ? ਰਾਜਾ ਵੜਿੰਗ ਜੀ ਆਪਦੇ ਵਰਕਰਾਂ ਨਾਲ ਪੁੱਤ ਬਣ ਕੇ ਖੜਦੇ ਹੈ ਲੋੜ ਵੇਲੇ, ਭਰਾ ਬਣ ਕੇ ਖੜਦੇ ਹੈ ਲੋੜ ਵੇਲੇ, ਕਦੀ ਪਿੱਠ ਨਹੀਂ ਵਿਖਾਈ, ਤਾਂ ਹੀ ਬਾਦਲਾਂ ਤੋਂ ਖੋਇਆ ਹਲਕਾ, ਐਵੇਂ ਨਹੀਂ ਕੱਢੀ ਉਹ ਸੀਟ। ਸਭ ਤੋਂ ਵੱਡਾ ਕੰਮ ਆ ਕੀਤਾ। ਅੱਜ ਤੁਹਾਡੇ ਸਾਰਿਆਂ ਅੱਗੇ ਹੱਥ ਬੰਨ ਕੇ ਬੇਨਤੀ ਹੈ, ਪੰਜਾਬ ਜੂਝ ਰਿਹਾ ਇਹਨਾਂ ਦੇ ਕੀਤੇ ਮਾੜੇ ਕੰਮਾਂ ਨਾਲ, ਤਰਸਦੀ ਹੈ ਬਹੁਤ ਮੁਲਕ ਦੀ ਕਿ 10 ਸਾਲ ਇਹਨਾਂ ਨੇ ਰਾਜ ਕੀਤਾ ਤੇ ਸਾਰਾ ਕੁਛ ਹੀ ਲੈ ਗਏ। ਆਪਦੀਆਂ ਵੋਟਾਂ ਦੇ ਨਾਲ ਨਾਲ ਆਪਦੇ ਭੈਣਾਂ ਭਰਾਵਾਂ ਦੀਆਂ, ਆਪਦੀਆਂ ਰਿਸ਼ਤੇਦਾਰੀਆਂ ਦੀਆਂ, ਆਪਦੀਆਂ ਸਹੇਲੀਆਂ ਦੀਆਂ ਵੋਟਾਂ, ਬੋਲੋ ਮਾੜਾ ਬੋਲ ਪਊ ਗੱਲ ਬਹਿ ਗਿਆ। ਧੰਨਵਾਦ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।